ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਮਜੀਤ ਹੇਅਰ ਵੈਲਕਮ ਬੈਕ ਅਗੇਨ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਮੇਨਲੀ ਬਹੁਤ ਕੁਐਸਚਨ ਪੁੱਛਿਆ ਜਾਂਦਾ ਵਾ ਜੋਬ ਰੈਡੀ ਦੇ ਵਿੱਚ ਵਿਚ ਇਜ਼ ਤੁਸੀਂ ਕਿਚਨ ਦੇ ਵਿੱਚ ਕਿਹੜੀਆਂ ਕਿਹੜੀਆਂ ਟੈਕਨੀਕਸ ਯੂਜ਼ ਕਰਦੇ ਜਾਂ ਕਿਹੜੇ ਕਿਹੜੇ ਪ੍ਰੀਸੀਜ਼ਨ ਕੱਟਸ ਯੂਜ਼ ਕਰਦੇ ਸੋ ਮੋਸਟਲੀ ਪ੍ਰੀਸੀਜ਼ਨ ਕੱਟਸ ਹੁੰਦੇ ਕੀ ਉਹਨਾਂ ਬਾਰੇ ਗੱਲ ਕਰੂੰਗਾ ਐਂਡ ਆਲ ਮੇਕ ਦ ਸੈਪਰੇਟ ਵੀਡੀਓ ਕਿ ਕਿਹੜੀਆਂ ਕਿਹੜੀਆਂ ਪ੍ਰੀਸੀਜ਼ਨ ਕੱਟ ਆ ਜਿਹਨੂੰ ਆਪਾਂ ਯੂਜ਼ ਕਰਦੇ ਹਾਂ ਔਰ ਕਿੰਨਾ ਉਹਨਾਂ ਦੀ ਸ਼ੇਪ ਕੀ ਹੁੰਦੀ ਆ ਆਈ ਵਿਲ ਡੂ ਇਟ ਅਨਦਰ ਵੀਡੀਓ ਇਨ ਦਿਸ ਵੀਡੀਓ ਮੋਸਟਲੀ ਆਮ ਗੋਨਾ ਟਾਕ ਅਬਾਊਟ ਇਫ ਐਗਜ਼ਾਮਿਨਰ ਗੋਨਾ ਆਸਕ ਯੂ ਵਟ ਆਰ ਦਾ ਮੇਨ ਪ੍ਰੋਸੀਜ਼ਨ ਕੱਟਸ ਡੂ ਯੂ ਡੂ ਇਨ ਯੋਰ ਕਿਚਨ ਰੈਗੂਲਰ ਬੇਸਿਸ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਦਾ ਫਸਟ ਪ੍ਰੀਸੀਜ਼ਨ ਕੱਟ ਇਜ਼ ਡਾਈਸਿੰਗ ਸੈਕਿੰਡ ਵਨ ਇਜ਼ ਚੋਪਿੰਗ ਥਰਡ ਵਨ ਇਜ਼ ਆਈ ਵੁੱਡ ਸੇ ਸਲਾਈਸਿੰਗ ਐਂਡ ਦਾ ਫੋਰਥ ਵਨ ਇਜ਼ ਜੂਲੀਅਨ ਇਹ ਚਾਰ ਤਾਂ ਪੱਕੇ ਪੱਕੇ ਆ ਜਿਹੜੇ ਆਪਾਂ ਯੂਜ਼ ਕਰਦੇ ਹਾਂ ਕਿਚਨ ਦੇ ਵਿੱਚ ਅਪਾਰਟ ਫਰੋਮ ਦੈਟ ਯੂ ਕੈਨ ਸੇ ਜਿਹੜੇ ਪੇਸਨ ਹੋ ਗਿਆ ਬਰੂਨੋਇਜ਼ ਹੋ ਗਿਆ ਜਾਂ ਬਰੂਨੋ ਕਹਿੰਦੇ ਆ ਉਹਨੂੰ ਬਰੂਨੋਆ ਹੋ ਗਿਆ ਬਰੂਨੋਇਜ਼ ਹੋ ਗਿਆ ਐਂਡ ਚਿਫੇਨੋਡ ਹੋ ਗਿਆ ਇਹ ਵਾਲੀਆਂ ਜਿਹੜੀਆਂ ਹੋਰ ਫਰੈਂਚ ਨਾਮ ਨੇ ਉਹ ਵੀ ਕਿਚਨ ਦੇ ਵਿੱਚ ਯੂਜ਼ ਹੁੰਦੇ ਆ ਸੋ ਆਈ ਵਿਲ ਮੇਕ ਅ ਸੈਪਰੇਟ ਵੀਡੀਓਜ਼ ਔਨ ਦੋਸ ਸੋ ਪਲੀਜ਼ ਯੂ ਸ਼ੁੱਡ ਨੋ ਦ ਐਗਜ਼ਾਮਿਨਰ ਕੈਨ ਆਸਕ ਯੂ ਜਿਹੜਾ ਕਿ ਪਿਛਲੀ ਵੀਡੀਓ ਪਾਈ ਸੀ ਜਿਹੜੀ ਤੁਸੀਂ ਦੇਖੀ ਹੋਣੀ ਹੈ ਕਿ ਨਾਈਫ ਨੂੰ ਕਿੱਦਾਂ ਸ਼ਾਰਪ ਕਰੀਦਾ ਸਿਮਿਲਰਲੀ ਉਹ ਤੁਹਾਨੂੰ ਪੁੱਛ ਸਕਦਾ ਕਿ ਕਿਹੜੇ ਕਿਹੜੇ ਪ੍ਰੀਸੀਜ਼ਨ ਕੱਟਸ ਹੁੰਦੇ ਆ ਕਿਚਨ ਦੇ ਵਿੱਚ ਜਾਂ ਤੁਸੀਂ ਆਪਦੀ ਕੁਕਿੰਗ ਦੇ ਵਿੱਚ ਕਿਹੜੇ ਕਿਹੜੇ ਕੱਟਸ ਯੂਜ਼ ਕਰਦੇ ਆ ਪ੍ਰੋਸੀਜ਼ਨ ਕੱਟਸ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ ਪ੍ਰੋਸੀਜ਼ਨ ਕੱਟ ਤਾਂ ਇੰਪੋਰਟੈਂਟ ਹੁੰਦੇ ਆ ਉਹਦਾ ਰੀਜ਼ਨ ਹੈ ਕਿ ਜਦੋਂ ਵੀ ਤੁਸੀਂ ਕੋਈ ਪ੍ਰੋਸੀਜ਼ਨ ਕੱਟ ਕਰਦੇ ਹੋ ਬੇਸਿਕਲੀ ਇਟ ਹੈਲਪਸ ਟੂ ਸ਼ੋ ਯੋਰ ਸਕਿੱਲ ਐਂਡ ਪਲੱਸ ਜਦੋਂ ਤੁਸੀਂ ਕੋਈ ਵੀ ਚੀਜ਼ ਈਵਨਲੀ ਕੱਟਦੇ ਹੋ ਇਟ ਐਨਹੈਂਸ ਯੋਰ ਡਿਸ਼ ਐਜ਼ ਵੈਲ ਤਾਂ ਕਰਕੇ ਆਪਾਂ ਹਮੇਸ਼ਾ ਹੀ ਪ੍ਰੀਸੀਜ਼ਨ ਕੱਟ ਯੂਜ਼ ਕਰਦੇ ਹਾਂ ਜਿਹਦੇ ਨਾਲ ਕਿ ਇੱਕ ਈਵਨੈਸ ਹੁੰਦੀ ਆ ਉਹਨੂੰ ਕੁਕਿੰਗ ਕਰਨ 'ਚ ਹੈਲਪ ਕਰਦੀ ਆ ਮੰਨ ਲਓ ਜੇ ਉਹ ਮਾਇਰ ਪਰਾ ਵਾ ਮਾਇਰ ਪਰਾ ਦਾ ਮਤਲਬ ਹੁੰਦਾ ਕਿ ਰਫਿੰਗ ਰਫ ਚੌਪ ਕਟਿੰਗ ਜਿਹੜੀ ਤੁਸੀਂ ਆਪਾਂ ਕਹਿੰਦੇ ਹਾਂ ਉਹਨੂੰ ਮਾਇਰ ਪਰਾ ਕਹਿੰਦੇ ਇੰਗਲਿਸ਼ ਦੇ ਵਿੱਚ ਜੇ ਤੁਸੀਂ ਉਹ ਕਰਦੇ ਹੋ ਤਾਂ ਅਨਈਵਨ ਹੁੰਦੀ ਹੈ ਜਿਹਦੇ ਕਰਕੇ ਕਿ ਤੁਹਾਡਾ ਕੁਕਿੰਗ ਹੁੰਦਾ ਵਾ ਅਪ ਐਂਡ ਡਾਊਨ ਹੋ ਜਾਂਦੀ ਹੈ ਅਨਈਵਨ ਹੋ ਜਾਂਦੀ ਹੈ ਸੋ ਅਗਰ ਇਹ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਇਹ ਸਾਰੀਆਂ ਵੀਡੀਓਜ਼ ਤੁਸੀਂ ਮੇਰੇ ਯੂਟਿਊਬ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ ਜੇ ਤੁਹਾਨੂੰ ਕੋਈ ਸੈਸ਼ਨ ਦੀ ਲੋੜ ਆ ਇਫ ਯੂ ਨੀਡ ਐਨੀ ਹੈਲਪ ਰਿਗਾਰਡਸ ਟੂ ਐਨੀਥਿੰਗ ਜੇ ਲਾਈਵ ਸੈਸ਼ਨ ਚਾਹੀਦਾ ਜਾਂ ਤੁਹਾਨੂੰ ਕਿਚਨ ਦੇ ਵਿੱਚ ਸੈਸ਼ਨ ਚਾਹੀਦਾ ਵਾ ਫੀਲ ਫਰੀ ਟੂ ਗੈਟ ਇਨ ਟੱਚ ਵਿਦ ਮੀ ਆਈ ਵਿਲ ਮੋਰ ਦੈਨ ਹੈਪੀ ਟੂ ਹੈਲਪ ਯੂ ਸਾਰੇ ਚੜ੍ਹਦੀ ਕਲਾ 'ਚ ਰਹੋ ਰੱਬ ਰਾਖਾ